ਤੁਸੀਂ ਬੈਠੋ, ਤੁਸੀਂ ਬੈਠੋ, ਬੈਠ ਜਾਓ ਸਿੱਧੂ ਸਾਹਿਬ ਬੈਠੋ, ਸਿੱਧੂ ਸਾਹਿਬ ਬੈਠੋ, ਸਿੱਧੂ ਸਾਹਿਬ ਬੈਠੋ। ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕੀਤਾ ਗਿਆ, ਜਿਸ ਸੰਬੰਧੀ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਬਜਟ ਨੂੰ ਸਿਹਤ ਸਹੂਲਤਾਂ, ਸਿੱਖਿਆ ਸੰਬੰਧੀ ਆਦਿ ਨੂੰ ਮੱਦੇਨਜ਼ਰ ਰੱਖਦਿਆਂ ਹੀ ਪੇਸ਼ ਕੀਤਾ ਗਿਆ ਹੈ। ਪਿਛਲੀਆਂ ਸਰਕਾਰਾਂ ਨੇ ਪੰਜਾਬ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਭ ਕੁਝ ਨੂੰ ਆਪਣੇ ਨਿੱਜੀ ਹਿੱਤਾਂ ਲਈ ਹੀ ਵਰਤਿਆ ਜਾ ਰਿਹਾ ਸੀ, ਜਿਸ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਹੁਣ ਦੇ ਬਜਟ ਰਾਹੀਂ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਬੀਤੇ ਦਿਨ ਵਿਧਾਨ ਸਭਾ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਮਜੀਠੀਆ ਦੀ ਹੋਈ ਬਹਿਸ 'ਤੇ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਬਹੁਤ ਵਧੀਆ ਲੀਡਰ ਹਨ, ਕਿ ਹੁਣ ਮਜੀਠੀਆ ਦੱਸੇਗਾ ਕਿ ਭਾਰਤ ਲਈ ਉਹ ਕੀ ਕਰਨ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮੱਸਿਆਵਾਂ ਹਨ, ਉਹਨਾਂ ਦਾ ਜਲਦ ਹੀ ਹੱਲ ਕਰਵਾਇਆ ਜਾਵੇਗਾ। ਦੇਖੋ, ਮਜੀਠੀਆ ਸਾਹਿਬ ਹਰਾਨੇ ਸਿੱਧੂ 'ਤੇ ਟਾਰਗੇਟ ਕਰਨਾ ਹੈ। ਸਿੱਧੂ ਸਾਹਿਬ ਸਾਡਾ ਇੱਕ ਬਹੁਤ ਵਧੀਆ ਲੀਡਰ ਹੈ, ਔਰ ਮਜੀਠੀਆ ਸਿਖਾਏਗਾ ਸਿੱਧੂ ਸਾਹਿਬ ਨੂੰ ਕਿ ਭਾਰਤ ਦੀ ਸੇਵਾ ਔਰ ਭਾਰਤ ਦੀ ਨਾਗਰਿਕਤਾ ਬਾਰੇ। ਸਿੱਧੂ ਨੂੰ ਹੁਣ ਮਜੀਠੀਆ ਸਿਖਾਏਗਾ, ਜੋ ਐਡਾ ਵਧੀਆ ਸਾਡੇ ਵਰਲਡ ਦੇ ਵਿੱਚ ਸਿੱਧੂ ਸਾਹਿਬ ਦਾ ਨਾਂ ਹੈ, ਔਰ ਉਹ ਮੈਂ ਸਮਝਦਾ ਉਹਨਾਂ ਨੂੰ ਸਿੱਧੂ ਚੁੱਭਦਾ ਹੈ ਅਸਲ 'ਚ। ਜਿਹੜੀਆਂ ਪੰਜਾਬ 'ਚ ਸਰਕਾਰਾਂ ਅਜਿਹੀਆਂ ਆਈਆਂ ਜਿਨ੍ਹਾਂ ਨੇ ਪੰਜਾਬ ਦੀ ਆਰਥਿਕਤਾ ਦਾ, ਪੰਜਾਬ ਦੇ ਸਿਸਟਮ ਨੂੰ ਵਿਗਾੜ ਕੇ ਰੱਖ ਦਿੱਤਾ ਹਰ ਚੀਜ਼ 'ਤੇ, ਚਾਹੇ ਆਰਥਿਕਤਾ ਪੰਜਾਬ ਦੀ, ਪੰਜਾਬ ਦੀ ਸਰਕਾਰੀ ਸਿਸਟਮ, ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਅਤੇ ਪੰਜਾਬ ਦੀਆਂ ਜਿਹੜੀਆਂ ਨਿੱਜੀ ਸੰਸਥਾਵਾਂ ਸਨ ਉਹਨਾਂ 'ਤੇ ਕਬਜ਼ਾ ਕਰਕੇ ਉਸ ਨੂੰ ਇਸ ਤਰ੍ਹਾਂ ਆਪਣੇ ਨਿੱਜੀ ਹਿੱਤਾਂ ਦੇ ਲਈ, ਆਪਣਾ ਸਾਮਰਾਜ ਬਣਾਉਣ ਲਈ ਵਰਤਿਆ ਗਿਆ। ਵੈਸੇ ਤਾਂ ਵਿਰੋਧੀਆਂ ਵਾਸਤੇ ਹਰੇਕ ਬਜਟ, ਵਿਰੋਧੀਆਂ ਨੂੰ ਇੰਝ ਲੱਗਦਾ ਕਿ ਵੀ ਇਹ ਬਜਟ 'ਚ ਕੁਛ ਨਹੀਂ ਹੈ, ਪਰ ਇਹ ਬਜਟ ਇੱਕ ਵਿਲੱਖਣ ਬਜਟ ਹੈ, ਔਰ ਇਸ ਬਜਟ ਦੇ ਵਿੱਚ ਸਿਹਤ ਸੇਵਾਵਾਂ, ਸਿੱਖਿਆ, ਪੇਂਡੂ ਵਿਕਾਸ ਔਰ ਹਰ ਚੀਜ਼ ਨੂੰ ਆਪਣੇ ਮੁੱਦੇ ਨਜ਼ਰ ਰੱਖ ਕੇ। ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਡੂਡੀ, PSS ਸਮਾਚਾਰ।